ਪਰਮ ਸਤਿਕਾਰਯੋਗ ਗੁਰੂ ਨਿਵਾਸ ਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਕਸਰ ਬਾਕੀ ਰਹਿ ਨਹੀਂ ਬੋਲਣ ਦੀ, ਬਹੁਤ ਸਾਰੇ ਰਾਗੀ ਜਥੇ ਕੀਰਤਨ ਕਰ ਗਏ ਹਨ, ਚੋਟੀ ਦੇ ਰਾਗੀ ਮੰਨੇ ਪਰਮੰਨੇ ਦੇਸ਼ਾਂ ਪ੍ਰਦੇਸ਼ਾਂ ਦੇ ਅੰਦਰ ਵਰਲਡ ਦੇ। ਕੋਈ ਖਾਸ ਲੋੜ ਤਾਂ ਮੇਰੀ ਹੈ ਨਹੀਂ ਸੀ ਬੋਲਣ ਦੀ, ਪਰ ਸੰਤ ਦਲਬਾਗ ਸਿੰਘ ਕਹਿੰਦੇ ਮਜ਼ਰੂਰ ਦਰਸ਼ਨ ਕਰੋ ਸੰਗਤ ਦੇ, ਸਾਧ ਸੰਗਤ ਜੀਓ, ਭਾਈ ਕਨ੍ਹਈਆ ਸਾਹਿਬ ਦਾ ਪੈਗਾਮ ਪਹੁੰਚਾਉਣਾ ਹੈ ਦੁਨੀਆਂ ਦੇ ਅੰਦਰ, ਇਹ ਸਾਰਾ ਫਰਜ਼ ਬਣਦਾ ਹੈ। ਭਾਈ ਕਨ੍ਹਈਆ ਸਾਹਿਬ ਨੂੰ ਜੇ ਬਖਸ਼ਿਸ਼ ਹੋਈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ, ਉਹ ਸੇਵਾ ਪੰਥੀ ਸੰਪਰਦਾ ਤੁਸੀਂ ਆਸ਼ੀਰਵਾਦ ਦਿਓ, ਅਰਦਾਸ ਕਰੋ ਕਿ ਸੇਵਾ ਪੰਥੀ ਭਾਈ ਕਨ੍ਹਈਏ ਦੇ ਚਲਾਏ ਹੋਏ ਇਸ ਨਿਸ਼ਾਨੇ ਨੂੰ ਪੂਰਾ ਕਰਨ, ਉਹਦੇ 'ਤੇ ਚੱਲਣ ਆਪ ਅਤੇ ਲੋਕਾਂ ਨੂੰ ਚੱਲਾਂ। ਭਾਈ ਕਨ੍ਹਈਆ ਸਾਹਿਬ ਤਿੰਨ ਦੋ ਡਿਊਟੀਆਂ ਲਾਈਆਂ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਕਨ੍ਹਈਏ ਨੂੰ ਕਿਹਾ, ਭਾਈ ਕਨ੍ਹਈਆ ਤੈਨੂੰ ਗੁਰੂ ਘਰ ਵਿੱਚ ਬਹੁਤ ਕੁਛ ਮਿਲਿਆ ਹੈ, ਅਤੇ ਗੁਰੂ ਘਰ ਦੀ ਮਰਿਆਦਾ ਹੈ ਵੰਡ ਕੇ ਖਾਣਾ, ਜੋ ਕੁਛ ਤੈਨੂੰ ਮਿਲਿਆ ਹੈ ਵੰਡ ਕੇ ਖਾ। ਇਹਦਾ ਭਾਵ ਸੀ ਕਿ ਨਾਮ ਬਾਣੀ ਦਾ ਪ੍ਰਚਾਰ ਕਰ। ਭਾਈ ਕਨ੍ਹਈਏ ਨੇ ਕਿਹਾ, ਸੱਚੇ ਪਾਤਸ਼ਾਹ ਤੁਹਾਡੇ ਕੋਲ ਵਿਛੜਨ ਲਈ ਜੀ ਨਹੀਂ ਕਰਦਾ, ਮੇਰਾ ਦਿਲ ਕਰਦਾ ਹੈ ਤੁਹਾਡੀ ਸੇਵਾ ਕਰਦਾ ਰਹਾਂ, ਰੋਜ਼ ਤੁਹਾਡੇ ਦਰਸ਼ਨ ਕਰਾਂ, ਵਿਛੜਨ ਜੀ ਨਹੀਂ ਕਰਦਾ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਕਨ੍ਹਈਆ ਥੋੜ੍ਹਾ ਜਿਹਾ ਹੋਰ ਉੱਪਰ ਉੱਠ ਅਤੇ ਥੋੜ੍ਹੀ ਜਿਹੀ ਵਿਚਾਰ ਕਰ, ਇਹ ਸਰੀਰ ਗੁਰੂ ਨਹੀਂ ਹੈ, ਇਹ ਤਾਂ ਠੀਕਰਾ ਹੈ, ਪਤਾ ਨਹੀਂ ਕਿਸੇ ਟੁੱਟ ਜਾਣਾ ਹੈ, ਗੁਰੂ ਸ਼ਬਦ ਹੈ, ਉਹਦੇ ਨਾਲ ਜੁੜਨਾ ਹੈ, ਉਹ ਤੇਰੇ ਕੋਲ ਹੈ, ਜਿੱਥੇ ਜਾਏਗਾ ਸ਼ਬਦ ਤੇਰੇ ਕੋਲ ਹੈ, ਸ਼ਬਦ ਨਾਲ ਜੁੜਨਾ ਹੈ, ਲੋਕਾਂ ਨੂੰ ਜੋੜਨਾ ਹੈ, ਪ੍ਰਚਾਰ ਕਰ ਜਾ ਕੇ ਸਤ ਵਚਨ। ਗੁਰਨਾਮ ਬਾਣੀ ਦੇ ਪ੍ਰਚਾਰ ਦੀ ਡਿਊਟੀ ਲਗਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਦੀ, ਹੱਥ 'ਚ ਰੁਮਾਲ ਸੀ ਕਿ ਹੱਥ ਕੂੰਝ ਰਹੇ ਸਨ, ਗੁਰੂ ਤੇਗ ਬਹਾਦਰ ਕਹਿ ਲਏ, ਫੜ ਇਹ ਮੇਰੀ ਨਿਸ਼ਾਨੀ ਹੀ ਰੱਖ ਲਏ ਕੋਲ ਆਪਣੇ ਰੁਮਾਲ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ, ਭਾਈ ਕਨ੍ਹਈਆ ਤੂੰ ਉੱਥੇ ਕਵੇ ਡੇਰੇ 'ਚ ਪਾਣੀ ਪਿਲਾਉਂਦਾ ਹੈ, ਇੱਥੇ ਹੁਣ ਲੜਾਈ ਹੋ ਰਹੀ ਹੈ, ਦਮਯੁੱਧ ਹੋ ਰਿਹਾ ਹੈ, ਇੱਥੇ ਲੋੜ ਹੈ ਸੇਵਾ ਕਰ ਪਾਣੀ ਦੀ, ਜ਼ਖਮੀਆਂ ਨੂੰ ਜਾ ਕੇ ਪਾਣੀ ਪਿਲਾਇਆ ਕਰ, ਸੱਤ ਬੱਚਾ ਮਸ਼ਕ ਚੁੱਕ ਲਈ ਪਾਣੀ ਪਿਲਾਈ ਜਾਣ, ਸਾਰਿਆਂ ਨੇ ਪਿਲਾਈ ਜਾਣ, ਸਾਰਿਆਂ ਨੂੰ ਕੋਈ ਮੰਗੇ ਪਿਲਾਈ ਜਾਣ। ਸਿੱਖਾਂ ਨੇ ਸ਼ਿਕਾਇਤ ਕੀਤੀ, ਮਹਾਰਾਜ ਤੁਸੀਂ ਬੜਾ ਸਤਿਕਾਰ ਕਰਦੇ ਹੋ, ਮਾਣ ਕਰਦੇ ਹੋ, ਬ੍ਰਹਮ ਗਿਆਨੀ ਹੈ, ਸਾਡੇ ਗੁਰੂ ਤੇਗ ਬਹਾਦਰ ਤੋਂ ਵਰਸਾਇਆ ਹੈ, ਇਹ ਤਾਂ ਬੜਾ ਕੰਮ ਖਰਾਬ ਕਰ ਰਿਹਾ ਹੈ, ਕੀ ਕਰਦਾ ਸੱਚੇ ਪਾਤਸ਼ਾਹ, ਇਹ ਦੁਸ਼ਮਣ ਨੂੰ ਪਾਣੀ ਪਿਲਾਉਂਦਾ, ਅਸੀਂ ਮਾਰਦੇ ਹਾਂ, ਮਰਨ ਕਰੀਬ ਹੁੰਦੇ ਨੇ, ਇਹ ਜਾ ਕੇ ਪਾਣੀ ਪਿਲਾਉਂਦੇ, ਖੜ੍ਹੇ ਹੋ ਜਾਂਦੇ ਨੇ, ਫਿਰ ਲੜਦੇ ਸਾਡੇ ਨਾਲ, ਰੋਕੋ ਕਿ ਦੁਸ਼ਮਣਾਂ ਨੂੰ ਪਾਣੀ ਨਾ ਪਿਲਾਏ। ਬੋਲੋ ਭਾਈ ਕਨ੍ਹਈਏ ਕਿਉਂ ਪਿਲਾਉਂਦਾ ਹੈ ਦੁਸ਼ਮਣ ਨੂੰ ਪਾਣੀ, ਪੇਸ਼ ਹੋਏ, ਗਲ 'ਚ ਪੱਲਾ ਹੈ, ਹੱਥ ਜੋੜੇ ਹੋਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਭਾਈ ਕਨ੍ਹਈਆ ਤੇਰੀ ਸ਼ਿਕਾਇਤ ਹੈ। ਕਹਿੰਦੇ ਮਹਾਰਾਜ ਬੋਲਣ ਹਾਰ ਹਾਂ, ਹਰ ਵੇਲੇ ਭੁੱਲਦਾ ਹਾਂ, ਦਿਨ ਰਾਤ ਭੁੱਲਦਾ ਹਾਂ, ਹਮ ਔਗਣ ਕਰੇ ਐਸਾ ਕਰਨੀ ਤੇਰੀ ਤਾਂ ਬਖਸ਼ਣ ਹਾਰੇ, ਬਖਸ਼ਣ ਹਾਰ ਹੋ ਮੈਂ ਗੁਨਾਹਗਾਰ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਸਿੰਘ ਕਹਿੰਦੇ ਨੇ ਲੜਨ ਵਾਲੇ ਕਿ ਤੂੰ ਤੁਰਕਾਂ ਨੂੰ ਦੁਸ਼ਮਣ ਨੂੰ ਪਾਣੀ ਪਿਲਾਉਂਦਾ,
ਕਹਿੰਦਾ ਨਾ ਜੀ ਮੈਂ ਦੁਸ਼ਮਣ ਪਾਣੀ ਨਹੀਂ ਪਿਲਾਉਂਦਾ। ਸਿੰਘ ਬੋਲ ਪਏ, ਮਹਾਰਾਜ ਝੂਠ ਬੋਲਦਾ ਹੈ, ਅਸੀਂ ਕਿਹੜੇ ਮੌਕੇ 'ਤੇ ਪਕੜਿਆ, ਰੋਕ ਕੇ ਹਟਦਾ ਨਹੀਂ ਹੈ। ਪਰ ਗੁਰੂ ਅਸੀਂ ਜਾਣਦੇ ਸਨ ਇਹਦੀ ਵਿਵਸਥਾ ਕੈਸੀ ਹੈ। ਕਹਿਣ ਲੱਗੇ ਆ ਤੁਰਕਾਂ ਨਾਲ ਜਿਹੜੇ ਪਹਾੜੀਏ ਸਾਡਾ ਲੜਨ ਵਾਸਤੇ ਆਏ ਨੇ ਮਿਲ ਕੇ, ਉਹਨੂੰ ਪਹਾੜੀ ਪਾਣੀ ਪਿਲਾਉਂਦਾ ਹੈ? ਕਹਿੰਦੇ ਨਹੀਂ ਜੀ। ਹੈਰਾਨ ਚੁੱਪ। ਫਿਰ ਕਹਿਣ ਲੱਗੇ ਨੇ ਸਿੰਘਣ ਪਾਣੀ ਪਿਲਾਉਂਦਾ ਲੜਨ ਵਾਲਿਆਂ ਨੂੰ, ਜੋ ਸ਼ਿਕਾਇਤ ਕਰ ਰਹੇ ਨੇ, ਜਾਂ ਨਹੀਂ ਜੀ। ਅੱਛਾ, ਤੂੰ ਪਾਣੀ ਨਾ ਪਿਲਾਉਂਦਾ ਤੁਰਕਾਂ ਨੂੰ, ਨਾ ਪਿਲਾਉਂਦਾ ਸਿੰਘਾਂ ਨੂੰ, ਨਾ ਪਿਲਾਉਂਦਾ ਪਹਾੜੀਆਂ ਨੂੰ, ਕਿਹਨੇ ਪਿਲਾਉਂਦਾ? ਹਰ ਜੋਤੀ ਸੱਚੇ ਪਾਤਸ਼ਾਹ, ਜਿਸ ਦਸ ਦਰ 'ਤੇ ਆਇਆ ਹਾਂ, ਇਹ ਉਪਦੇਸ਼ ਮਿਲਿਆ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸਮ ਹਮਕੋ ਬਣ ਆਈ। ਜੈ ਦਿਰ ਦੇਖਾਂ ਤੈ ਦਿਰ ਮੌਜੂਦ, ਜੋ ਦਿਸੇ ਸੋ ਤੇਰਾ ਰੂਪ। ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੇਰਾ ਹੁਕਮ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਰਹੋ। ਮੈਂ ਸਭ ਤੈਨੂੰ ਦੇਖਦਾ ਹਾਂ ਅਤੇ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸ ਜਾਈਂ। ਇਹ ਗੱਲ ਸੁਣ ਕੇ ਹੱਸੇ ਅਤੇ ਗੱਲ ਲਾਇਆ ਸਤਿਗੁਰ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਅਤੇ ਲਾਈ। ਜਿੱਥੇ ਪਾਣੀ ਪਿਲਾਇਆ ਨਾਲ ਮਲਮ ਵੀ ਲਾਇਆ ਕਰ, ਇਹ ਕੰਮ ਹੀ ਕਰੇਗਾ, ਬੰਦ ਨਹੀਂ ਕਰਨਾ, ਪੁਰਾਣਾ ਕਰ ਕਿਸੇ ਦੀ। ਅਬ ਹੋ ਸਾਥੀ ਬੜਾ, ਜਾਂ ਤੇਰੀ ਸੇਵਾ ਦੇ ਨਾਂ 'ਤੇ ਸੇਵਾ ਪੰਥੀ ਪੰਥ ਚੱਲੇਗਾ, ਇੱਕ ਬੰਦ ਨਹੀਂ ਕਰਨਾ। ਵਰ ਦਿੱਤਾ, ਬਖਸ਼ਿਸ਼ ਕੀਤੀ, ਤਾਂ ਉਹ ਦਿਨ 300 ਸਾਲਾਂ 1704 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਅਤੇ ਬਾਈ ਕਨੀ ਨੂੰ ਇਹ ਬਖਸ਼ਿਸ਼ ਕੀਤੀ, ਤਾਂ 300 ਸਾਲ ਹੋ ਗਏ ਹਨ। ਅਸੀਂ ਸਾਰੇ ਮਿਲ ਕੇ ਮਨਾ ਰਹੇ ਹਾਂ, ਉੱਦਮ ਕੀਤਾ ਹੈ ਸਾਰਿਆਂ ਨੇ ਮਿਲ ਕਰਕੇ, ਤਾਂ ਸੰਗਤਾਂ ਨੇ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਨੇ ਸਾਰੀਆਂ ਸੰਗਤਾਂ ਦੇ, ਬਹੁਤ ਬਹੁਤ ਅਸੀਂ ਧੰਨਵਾਦੀ ਹਾਂ। ਦਰਸ਼ਨ ਦਿੱਤੇ ਨੇ, ਚਰਨ ਪਾਏ ਹਨ ਇਸ ਡੇਰੇ ਵਿੱਚ ਆ ਕਰਕੇ, ਬਹੁਤ ਬਹੁਤ ਆਪਦਾ ਧੰਨਵਾਦ ਹੈ, ਬੜੀ ਕਿਰਪਾ ਹੋਈ ਹੈ। ਅਰਦਾਸ ਕਰੋ ਕਿ ਇਹ ਬਾਈ ਕਨੇਰ ਦਾ ਮਿਸ਼ਨ ਚੱਲਦਾ ਰਹੇ, ਆਪਾਂ ਸਾਰੇ ਰਲ ਕੇ ਪ੍ਰਚਾਰ ਕਰਨਾ ਹੈ, ਸੇਵਾ ਕਰਨੀ ਹੈ ਸਭ ਦੀ। ਸੇਵਾ ਕਹੋ, ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਦੇ ਉੱਪਰ ਨਹੀਂ ਵਿਚਾਰ, ਨਾਨਕ ਇਹ ਉਪਦੇਸ਼ ਲੈ ਕੇ ਜਾਣਾ ਹੈ ਕਿ ਸਭ ਦੀ ਸੇਵਾ ਕਰਨੀ ਹੈ। ਜੀ ਦੀ ਸੇਵਾ ਰੱਬ ਦੀ ਸੇਵਾ ਹੈ, ਜੀਵ ਦੀ ਪ੍ਰਸੰਨਤਾ ਰੱਬ ਦੀ ਪ੍ਰਸੰਨਤਾ ਹੈ। ਤੁਸੀਂ ਕਹਿੰਦਾ ਹੋਇਆ ਬੋਲਾਂ, ਮਾਫ ਕਰੀਆਂ, ਕਿਵੇਂ ਮੰਗਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।